ਵਾ ਦੇ ਮੋਤਾ ਹੋਣਾ ਆਹੋ ਬਗੈਰਤ ਹੋ ਜਾ ਕਿਹੜਾ ਮੈਂ ਇੱਥੇ ਮੁਲਕ ਦੇ ਬਾਰੇ ਸੋਚਣ ਡਿਆ ਤੁਸੀਂ ਦੱਸੋ ਕਿ ਮੁਸਲਮਾਨਾਂ 'ਚ ਫਿਰ ਕੇ ਕੀ ਮਹਿਸੂਸ ਕਰਦੇ ਮਹਿਸੂਸ ਉਸਤਾਦ ਜੀ ਹਾਂਜੀ ਇਹ ਫੜਦਾ ਅੰਮ੍ਰਿਤਸਰ ਕਿਉਂ ਮਾਂ ਤੇਰੀ ਖਬਰਾਂ ਪੜ੍ਹਨ ਡਈ ਹੈ ਤੇਰੀ ਬੂਪੀ ਨੂੰ ਵੀ ਜਾਣਨਾ ਅੰਮ੍ਰਿਤਸਰ ਤੋਂ ਖਬਰਾਂ ਪੜ੍ਹਦੀ ਹੁੰਦੀ ਹੈ ਇਹ ਰੇਡੀਓ ਜੰਮੂ ਹਾ ਹੁਣ ਤੁਸੀਂ ਬਲਵੰਤ ਕੌਲ ਕੋਲੋਂ ਖਬਰਾਂ ਸੁਣੋ ਅੱਜ ਦੀਆਂ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਸੈਨਾ ਨੇ ਹਿੰਦੁਸਤਾਨ ਦੀ ਸੈਨਾ ਦੇ ਜਹਾਜ਼ਾਂ ਨੂੰ ਭੰਨੀ ਤੁੰਨੀ ਛੋੜੀ ਆ ਚਲੋ ਪੜ੍ਹ ਦਿੱਤੀਆਂ ਹੋਣਗੀਆਂ ਮੈਂ ਉੱਥੇ ਹੀ ਸਾਂ ਉਸਤਾਦ ਜੀ ਹਾਂਜੀ ਮੈਂ ਸੁਣਿਆ ਤੁਸੀਂ ਇਨਸਾਨ ਹੋਣ ਦਾ ਦਾਅਵਾ ਕੀਤਾ ਮੈਂ ਸੁਣਿਆ ਤੁਸੀਂ ਰਿਸ਼ਤਾ ਦੇਣ ਦਾ ਦਾਅਵਾ ਕੀਤਾ ਹਾਂਜੀ ਰਿਸ਼ਤਾ ਲੈ ਦਿਓ ਐਡੀ ਐਡੀ 5-6 ਨੇ ਇੱਕ ਸਾਲਮ ਦੇ ਦਿਓ ਮੈਂ ਕੀ ਤੇਰੇ ਕੋਲੋਂ ਭੈਣ ਦੀ ਭਾਣ ਮੰਗੀ ਹੈ ਇਹਦਾ ਨੱਕ ਘੁੱਟੀਏ ਨਾ ਮੂੰਹ ਚੋਂ ਟਿੱਡੀਆਂ ਨਿਕਲਦੀਆਂ ਨੇ ਹੱਥ ਵੇਖ ਲੈ ਹੱਥ ਨੇ ਲੱਗਦਾ ਅਦਰਕ ਵੈਲਡਿੰਗ ਕੀਤਾ ਉਸਤਾਦ ਮੈਨੂੰ ਇੱਥੇ ਲਾ ਦਿਓ ਕੀ ਇੱਥੇ ਕੀ ਭੈਣ ਨੂੰ ਈ ਦੇਣੀ ਨਹੀਂ ਉਹਦੇ ਕੋਲ ਹਿਸਾਬ ਮੰਗਣਾ ਹੱਥ ਵੇਖ ਹੱਥ ਵੇਖ ਲੱਗਦਾ ਅਦਰਕ ਵੈਲਡਿੰਗ ਹੋਇਆ ਉਸਤਾਦ ਹੁਣ ਹੱਥ ਵੇਖੇ ਨੇ ਫਿਰ ਹੱਥ ਲਾ ਲਾ ਕੇ ਵੇਖੇਗਾ ਚਲੋ ਇੱਥੇ ਉੱਠ ਸਾਡੇ 'ਚ ਨਾ ਬੈਠਿਆ ਕਰ ਕਿਉਂ ਸਾਡੇ 'ਚ ਬਹਿ ਜਾਂਦਾ ਲੱਗਦਾ ਜੀਮ 'ਚ ਨੁਕਤਾ ਪਿਆ ਉੱਠ ਓ ਜੀਮ 'ਚ ਨੁਕਤਾ ਰਹਿਣ ਦੇ ਭਾਈ ਕਿਉਂ ਫਿਰ ਬਾਜੀ ਜਮੀਲਾ ਦਾ ਨਾਂ ਕਿ ਨਹੀਂ ਲਿਖੇਗਾ ਇਹ ਤੇਰੀ ਅਸੀਂ ਸ਼ਕੀਲਾ ਲਿਖ ਲਾਂਗੇ ਅਸੀਂ ਜ਼ਰੂਰ ਜਮੀਲਾ ਲਿਖਣਾ ਸ਼ਕੀਲਾ ਵੀ ਨਾ ਲਿਖੀ ਉਹਦੇ 3 ਨੁਕਤੇ ਉੱਤੇ ਤੇ 2 ਥੱਲੇ ਕਿਉਂ ਜੀ ਵਾਕਿਆ ਇਹੋ ਜਿਹੀ ਗੱਲ ਹੈ ਤੁਸੀਂ ਤੇ ਪੜ੍ਹੇ ਲਿਖੇ ਹੋ ਇਹ ਪੜ੍ਹੇ ਲਿਖੇ ਨੇ ਉਹਦੀ ਗੱਲ ਮੁੱਕੀ ਨਹੀਂ ਤੈਨੂੰ ਤੂੰ ਕਾਲ ਹਾਂ ਮੇਰੇ ਉਸਤਾਦ ਦਾ ਮੂੰਹ ਵੇਖ ਲੱਗਦਾ ਖਿੱਚ ਕੇ ਲੱਗ ਤੇ ਜਿੱਤੀ ਵੱਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਭਾਈ ਕਿਸ ਤਰ੍ਹਾਂ ਇਹ ਇਸ ਤਰ੍ਹਾਂ ਇਹ ਕਰੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਸ ਉਸ ਤਰ੍ਹਾਂ ਹੀ ਕਿਸ ਤਰ੍ਹਾਂ ਤੁਸੀਂ ਕਿਹਾ ਸੀ ਭਾਈ ਅਸੀਂ ਹੁਣ ਬੱਟਾ ਸੱਟਾਈ ਉੱਥੇ ਉਸ ਤਰ੍ਹਾਂ ਬਾਣ ਇੱਕ ਭੈਣ ਟੋਰਾਂਗੇ ਤੇ ਇੱਕ ਉਹ ਕਿਸ ਤਰ੍ਹਾਂ ਬਾਣ ਉਸ ਤਰ੍ਹਾਂ ਬਾਣ ਆ ਲੱਗਦਾ ਕੁੱਤੇ ਨੂੰ ਇੱਟ ਵੱਜੀ ਫੇਰ ਕਰੀਏ ਰੰਗੀਨ ਚਾਹੀਦੀ ਕਿ ਬਲੈਕ ਐਂਡ ਵਾਈਟ ਮੇਰਾ ਉਸਤਾਦ ਬੜਾ ਬਹਾਦਰ ਹੈ ਹਾਂਜੀ ਬੜਾ ਹਾਂ ਏਡਾ ਬਹਾਦਰ ਆਦਮੀ ਹੈ ਦੇਖੋ ਇਸੇ ਮੂੰਹ ਨਾਲ ਦੁਨੀਆ ਦੇ ਫਿਰੀ ਆਉਣ ਡੇ ਕੋਈ ਮੇਰਾ ਸ਼ਗਿਰਦ ਨਹੀਂ ਮੈਂ ਕੱਲਾ ਹੀ ਆ ਨਿਕਲ ਇੱਧਰੋਂ ਛੱਡੋ ਯਾਰ ਛੱਡੋ ਬੈਠ ਜਾ ਪੜ੍ਹਿਆ ਲਿਖਿਆ ਬੰਦਾ ਉਹਦੀ ਬੇਇੱਜ਼ਤੀ ਕਰ ਕਰ ਬੇੜਾ ਕਰ ਪੜ੍ਹਿਆ ਲਿਖਿਆ ਕਾਲੇ ਇਲਮ 'ਚ ਬੀ ਏ ਕੀਤਾ ਉਹ ਸਾਰੀ ਫੈਮਿਲੀ ਪੜ੍ਹੀ ਆ ਇਹਨੇ ਬੀ ਏ ਕੀਤਾ ਭਰਾ ਇਹਦੇ ਨੇ ਐੱਮ ਏ ਕੀਤਾ ਛੋ ਅੰਮੀ ਇਹਦੇ ਨੇ ਮਾਸਟਰ ਕੀਤਾ ਮੇਰੀ ਮਾਂ ਨੇ ਮਾਸਟਰ ਕੀਤਾ ਇਹਦੀ ਮਾਂ ਨੇ ਗੁੱਸੇ 'ਚ ਆ ਕੇ ਹੈਡ ਮਾਸਟਰ ਕੀਤਾ ਯਾਰ ਮੈਂ ਤੇ ਮਾਸਟਰ ਤੋਂ ਹੈਡ ਮਾਸਟਰ ਹੋ ਕੇ ਪਛਤਾ ਗਏ ਜੀ ਇੱਥੇ ਤੇ ਇਹੋ ਪੁੱਤ ਖਾਂਦਾ ਰਹਿਣਾ ਮਸੀਕੀ ਮਸੀਕੀ ਲਓ ਜੀ ਸ਼ੇਰ ਅਰਜ ਕੀਤਾ ਗਾਣਾ ਸਿੱਖਦਾ ਜੀ ਹਾਂਜੀ ਸਿੱਖਦਾ ਨਾ ਹਾਂ ਸਿੱਖਦਾ ਹਾਂ ਹੁਣੇ ਅਜੇ ਅਜੇ ਸਿੱਖਦਾ ਉਹ ਸਿੱਖਦਾ ਪਤਾ ਲੱਗਾ ਉਹ ਇੱਕਦਮ ਤੇ ਨਹੀਂ ਨਾ ਪਤਾ ਲੱਗਦਾ ਦੱਸਣਗੇ ਅਜੇ ਉਹ ਨਹੀਂ ਉਹ ਰਾਮ ਸਿੰਘ ਸੀ ਕੀ ਹੋ ਗਿਆ ਤੈਨੂੰ ਲਓ ਜੀ
ਲੱਕੜੀ ਦੀ ਡੋਈ ਹੋਵੇ। ਆਹ ਕਿਆ ਸ਼ੇਰ, ਲੱਕੜੀ ਦੀ ਡੋਈ ਹੋਵੇ। ਵਾਹ ਵਾਹ ਵਾਹ, ਲੱਕੜੀ ਦੀ ਡੋਈ ਹੋਵੇ। ਵਾਹ ਵਾਹ ਵਾਹ, ਇਹਨੂੰ ਨਹੀਂ ਲੱਕੜੀ ਰਾਸ, ਤੂੰ ਬੇਲਚੇ ਵਾਲਾ ਗਾਣਾ ਸ਼ੁਰੂ ਕਰ ਲਾ। ਵਾਹ, ਲੱਕੜੀ ਦੀ ਡੋਈ ਹੋਵੇ। ਆਹ ਲੱਕੜੀ ਦੀ ਲੋਹੇ ਦਾ ਕਰੇਲਾ ਹੋਵੇ। ਸਾ ਚੱਲ ਗਿਆ, ਸਾਡੇ ਨਾਲ ਬੈਠਾ ਲੇਲਾ ਹੋਵੇ, ਲੱਕੜੀ ਦੀ ਡੋਈ ਹੋਵੇ, ਅੱਬਾ ਤੇਰਾ ਜਿਉਂਦਾ, ਮਾਂ ਤੇਰੀ ਮੋਈ ਹੋਵੇ। ਲੱਕੜੀ ਦੀ ਡੋਈ ਹੋਵੇ, ਤੂੰ ਤੇ ਇਸ ਤਰ੍ਹਾਂ ਗੁੱਸਾ ਕੀਤਾ ਜਿਸ ਤਰ੍ਹਾਂ ਤੇਰੀ ਬੇਬੇ ਨਾਲ ਵੀ ਹੋਈ ਹੋਵੇ। ਲੱਕੜੀ ਦੀ ਡੋਈ ਹੋਵੇ, ਇਹਦੀ ਮਾਂ ਸੱਦ ਲੈਂਦੀ ਭਾਵੇਂ ਬੰਦਾ ਕੋਈ ਹੋਵੇ। ਆਪਸ ਵੀ ਮਰੋ। ਸਾਰੇ ਮਰ ਗਏ ਤੁਹਾਡੇ। ਮੈਨੂੰ ਤੇ ਇੰਨਾ ਕੁ ਮੁਸੀਬਤ, ਬਸ ਤੂੰ ਇੰਨਾ ਯਾਦ ਰੱਖ, ਠੀਕ ਹੈ, ਇੰਨੀਆਂ ਮਰਗਾਂ ਕਾਫੀ ਨੇ, ਠੀਕ ਹੈ, ਚੱਲ ਸ਼ਾਬਾਸ਼। ਲਾਂਤੀ ਅੱਜ ਤੂੰ ਮੇਰੇ ਨਾਲ ਨਹੀਂ ਰਿਹਾ। ਉਸਤਾਦ ਮੇਰੇ ਨੇ ਨਾ ਕੱਲ ਸ਼ੀਸ਼ਾ ਹੀ ਬੰਦ ਹੈ। ਕਹਿੰਦਾ ਯਾਰ ਇਹ ਕਾਹਦਾ ਸ਼ੀਸ਼ਾ, ਮੈਂ ਮੂੰਹ ਧੋ ਕੇ ਵੇਖੇ ਫੇਰ ਵੀ ਇੰਜ, ਮੂੰਹ ਚ ਵੇਖਣਾ ਫੇਰ ਵੀ ਇੰਜ। ਤੇਰੇ ਘਰ ਕਹਿ ਰਿਹਾ ਹੱਦ ਹੋ ਗਿਆ ਬਾਈ। ਚਲ ਆਜ ਮੇਰੇ ਦਰ ਲੋ ਜੀ ਉਸਤਾਦ ਜੀ, ਮੈਂ ਤਮਾਸ਼ ਵੀ ਕੇ ਕਲਿਆ ਮਾ ਕੋਈ। ਉਸਤਾਦ ਜੀ ਉਹ ਸੇਖ ਹਾਂਡੀ ਵਾਲਾ ਆਇਆ। ਉਸਤਾਦ ਜੀ ਉਹ ਲਓ ਬਈ ਨੋਟ ਮੈਂ ਲੈ ਆਇਆ, ਹੁਣ ਆਪਣੀਆਂ ਕੁੜੀਆਂ ਛੱਡੋ। ਨਾ ਸਾਨੂੰ ਫੜਾ ਕੇ ਗਏ ਹੋ, ਬੈਠੋ ਤਾਂ ਸਹੀ। ਹੋਰ ਸੁਣਾਓ ਤਬੀਅਤ ਠੀਕ ਹੈ ਸਿਰ ਤੇ? ਬਾਈ ਸ਼ੁਕਰ ਹੈ ਉਸਤਾਦ ਜੀ, ਸੇਠ ਹਾਂਡੀ ਵਾਲਾ ਆ ਗਿਆ। ਆਉਂਦੇ ਆ ਜੀ ਤੁਹਾਡੇ। ਕਿੱਥੇ ਸੇਠ ਆ? ਸੇਠ ਹਾਂਡੀ ਵਾਲਾ ਜੀ। ਅਰੇ ਬਾਦ ਬਾਦ, ਆਓ ਜੀ ਉਸਤਾਦ ਜੀ, ਆਓ ਜੀ ਉਸਤਾਦ ਜੀ, ਕੀ ਹਾਲ ਹੈ? ਮਾਸ਼ਾਅੱਲਾ ਜੀ। ਸੁਣਾਓ ਬੱਚੀਆਂ ਦੀਆਂ ਸੁਣਾਓ। ਮੈਂ ਕਹਿੰਦਾ ਜੀ ਕਿਆ ਬਾਤ ਆ ਜੀ, ਸੇਠ ਸਾਹਿਬ ਹੁਣ ਮਜ਼ੇ ਆਣ ਗਏ ਜੀ। ਲਓ ਜੀ ਸੇਠ ਸਾਹਿਬ ਆ ਗਏ ਨੇ। ਲਓ ਜੀ ਕੁੜੀ ਵੀ ਐਸੀ ਆਈ ਏ, ਉਹ ਕਿਤੇ ਘਰੋਂ ਤੇ ਨਹੀਂ ਲੈਂਦੀ ਚਵਲਾ, ਉਹ ਤੇ ਇੰਜ ਨੇ ਸਾਰੀਆਂ ਸੋਹਣੀ ਕੁੜੀ। ਲਓ ਜੀ ਮੈਂ ਬੁਲਾਣਾ, ਬੈਠੋ ਜੀ। ਦੀਦਾਰ ਬੁਲਾ ਬਈ, ਫਿਲਮ ਸਟਾਰ ਦੀਦਾਰ। ਹੈਲੋ, ਮਾਸ਼ਾਅੱਲਾ ਜੀ। ਅੱਛਾ ਅੱਛਾ, ਤੁਸੀਂ ਫਿਲਮਾਂ 'ਚ ਕੰਮ ਕਰਦੇ ਹੋ ਜੀ? ਅੱਛਾ, ਚੌਧਰੀ ਸਾਹਿਬ ਨੇ ਵੀ ਫਿਲਮ 'ਚ ਕੰਮ ਕੀਤਾ? ਅੱਛਾ, ਚੂੜੀਆਂ ਫਿਲਮ ਨਹੀਂ ਵੇਖੀ? ਹਾਂ ਹਾਂ। ਪਹਿਲਾ ਗਾਣਾ ਇੰਨਾ ਤਾਂ ਹੀ ਆ। ਕੌਣ ਸਾ? ਉੱਡ ਕੋਠੇ ਉੱਤੋਂ ਕਾਵਾਂਵੇਂ, ਤੂੰ ਜੇ ਤੇ ਮੈਂ ਨਾਵਾਂਵੇਂ। ਮੈਂ ਕਿਹਾ ਤੁਸੀਂ ਉਹ ਫਿਲਮ ਸਟਾਰ ਜੀ, ਤੁਸੀਂ ਮੈਨੂੰ ਇਹ ਦੱਸੋ, ਪਾਕਿਸਤਾਨ 'ਚ ਜੋ ਗਾਣੇ ਸਿੱਖਦੀਆਂ ਜੇ ਇੱਥੇ ਕਰਦੀਆਂ, ਅਤੇ ਬਾਹਰ ਦੇ ਮੁਲਕ ਕੀ ਲੈਣ ਤੁਰ ਜਾਂਦੀਆਂ? ਆਪਣੇ ਪਾਕਿਸਤਾਨ 'ਚ ਨੱਚਿਆ ਕਰੋ, ਸਾਡੇ ਬੰਦੇ ਕਿੱਥੇ ਬਾਰਡਰ 'ਤੇ ਜਾ ਕੇ ਗਾਣੇ ਸੁਣਨ ਹੈ? ਖਬਰਦਾਰ, ਬਾਹਰ ਦੇ ਮੁਲਕ ਨਹੀਂ ਜਾਣਾ, ਹੁਣ ਦੁਬਈ ਬਿਲਕੁਲ ਨਹੀਂ ਜਾਣਾ। ਕਿਉਂ? ਉਸਤਾਦ ਜੀ ਅਰਬੀਆਂ ਦਾ ਨੋਟ ਤੜਾਉਣ ਜਾਓ, 3 ਦਿਨ ਲੱਗ ਜਾਂਦੇ। ਨਹੀਂ ਜੀ, ਉਹਨੂੰ ਕੋਈ ਪੁੱਛਣਾ, ਕੁੜੀਆਂ ਜੀ ਨੂੰ ਹੱਥ ਲੱਗੇ। ਖਬਰਦਾਰ ਦੁਬਈ ਗਏ ਤੇ ਤੁਸੀਂ ਤੇ ਅਰਬੀ ਫਕੀਰ ਕਰ ਦਿੱਤੇ ਨੇ। ਜਿਹੜੇ ਅਰਬੀਆਂ ਦੇ ਤੇਲ ਦੇ ਖੂਹ ਸਨ, ਉਹਨੂੰ ਖਜੂਰਾਂ ਵੇਚਦੇ ਨੇ। ਤਖਲੀਅਤ ਜਾਰੀਆ, ਖਜੂਰਾਂ ਵੀਆਂ ਦੀਆਂ ਸਾਰੀਆਂ। ਇੱਕ ਅਰਬੀ ਦੇ 7 ਤੇਲ ਦੇ ਖੂਹ ਸਨ, ਹੁਣ ਉਹਦੇ 2 ਮੌਤ ਦੇ ਖੂਹ ਨੇ। ਹੈ ਤੇ ਖੂਹ ਹੀ ਨੇ ਨਾ। ਆ ਤੁਮ ਕਭੀ ਦੁਬਈ ਗਏ ਹੋ? ਮੈਂ ਉੱਥੇ ਕੀ ਲੈਣ ਜਾਣਾ? ਅਗਲੇ ਤੁਹਾਨੂੰ ਮੂੰਹ ਲਾਉਂਦੇ ਨੇ, ਪੈਸੇ ਵੀ ਦਿੰਦੇ, ਸ਼ਾਪਿੰਗ ਕਰਾ ਦਿੰਦੇ ਨੇ, ਸਾਨੂੰ ਤੇ ਅਗਲੇ ਕਹਿੰਦੇ ਚੱਲ 33 ਰੇਤ ਤੇ ਊਠ ਨਵਾਈ ਜਾ। ਬੈਠਾ ਊਠ ਤੇ ਬੰਦਾ ਨਵਾ ਲੈ ਤੇ ਖਲੋਤਾ, ਤੂੰ ਬਹਿ ਜਾ ਕਰੋ, ਪੈ ਪੈ ਨਹੀਂ ਜਾਂਦਾ ਉੱਚਾ। ਤੁਸੀਂ ਜੋ ਐਡਾ ਕੱਦ ਕੱਢੀ ਜਾਂਦੇ ਹੋ, ਲੰਮੀਆਂ ਕੋ ਛਿੱਤਰ ਖਾ ਕੇ ਮੁੜਨਾ, ਔਰ ਨੀਵੀਂ ਹੋ ਕੋ ਨਹੀਂ ਇੰਨੇ ਜੋਗਾ ਹੁੰਦਾ। ਹਾਂ ਉਮਰ ਤੇਰੀ ਕੱਖ ਵੀ ਨਹੀਂ, ਹੱਥ ਤੂੰ ਜਾਲਿਆਂ ਨੂੰ ਲਾਉਣ ਡਈ ਆ। ਮਾਸ਼ਾ ਅੱਲਾ ਕੱਪੜੇ, ਹਾਂ ਹਾਂ, ਇਹ ਕੀ ਕਰਨ ਡਿਆ ਤੂੰ? ਇਹ ਕੀ ਕਰ ਰਹੇ ਤੁਮ? ਇਹਦਾ ਗੁੱਸਾ ਨਾ ਕਰੋ, ਲੋਕੀ ਹੁਸੈਨ ਮੰਜਨ ਕਰਦੇ, ਭੈਣ ਮੰਜਨ ਕਰਦਾ। ਜਾ ਮਸਵਾਕ ਲੈ ਕੇ ਆਈ ਹੁਣ ਕੱਲ ਤੋਂ, ਕੱਪੜੇ ਬੜੇ ਅੱਛੇ ਪਾਏ ਨੇ ਜੀ। ਸ਼ੁਕਰੀਆ। ਮੈਂ ਪਾਉਣ ਦਾ ਕਿਹਾ, ਕਿੰਨੇ ਦਾ ਸੂਟ ਲਿਆ? ਪਤਾ ਨਹੀਂ, ਜਿਹਨੇ ਲੈ ਕੇ ਦਿੱਤਾ ਉਹਨੂੰ ਤੇ ਪਤਾ ਹੋਣਾ। ਓਏ ਅੰਮੀ ਤੇਰੀ ਸ਼ਾਪਿੰਗ ਕਰ ਰਹੀ ਸੀ ਨਾ, ਨਾਲ ਤਾਲਬ ਵੀ ਸੀ,
ਜੋ ਮੇਰੇ ਮਾਮੂ। ਅੱਛਾ ਮਾਮੂ ਦੱਸਿਆ ਤੈਨੂੰ? ਉਹ ਮਾਮੂ ਨਹੀਂ, ਉਹ ਗਾਮੂ ਸੀ, ਗਾਮੂ ਗਾਮੂ ਮਨਿਆਰੀ ਵਾਲਾ ਸੀ। ਮੈਂ ਕਿਹਾ ਕੱਪੜੇ ਬੜੇ ਅੱਛੇ ਪਾਏ ਨੇ, ਮੱਛਰ ਤੇ ਲੜਨ ਨੂੰ ਤਰਸਦਾ ਹੋਣਾ। ਮੈਂ ਮੱਛਰ ਹਾਂ ਜੀ, ਮੈਂ ਲੜਨਾ। ਉੱਧਰ ਚੱਲ, ਮੇਰੇ ਅੱਬੇ ਨੇ ਧੋਤੀ ਬੰਨੀ, ਗਿੱਠੇ ਤੇ ਲੜ। ਮੈਂ ਨਹੀਂ ਲੜਦਾ ਭਾਈ, ਮੈਂ ਭੂੰਡਾ। ਭੂੰਡ ਸਮਝਦੇ ਹੋ ਨਾ? ਪਹਿਲਾਂ ਭੂੰਡੀ ਹੁੰਦੀ ਹੈ, ਫਿਰ ਭੂੰਡ ਹੁੰਦਾ। ਇਹ ਭੂੰਡੀ ਸਾਡਾ ਕੌਮੀ ਖੇਡ ਆ, ਇਹਦਾ ਫਾਈਨਲ ਹੁੰਦਾ ਚਾਂਦ ਰਾਤ ਵਾਲੇ ਦਿਨ। ਇਹ ਬਾਜ਼ਾਰ 'ਚ ਗਿਆ, ਕੁੜੀਆਂ ਨੇ ਛਿੱਤਰ ਲਾ ਕੇ ਮੁੰਡਿਆਂ ਨੂੰ ਮਾਰਨਾ ਸ਼ੁਰੂ ਕੀਤਾ ਹੋਵੇ, ਸਮਝੋ ਮੁੰਡਾ ਕੁਆਟਰ ਫਾਈਨਲ ਤੱਕ ਪਹੁੰਚ ਗਿਆ। ਹਾਂਜੀ, ਇਹਦੀ ਮਾਂ ਨੇ 82 'ਚ ਕੱਪ ਜਿੱਤਿਆ ਸੀ ਭੂੰਡੀ, ਫਿਰ 86 'ਚ ਇਹਦੀ ਅੰਮੀ ਫਸਟ ਆ ਗਈ, ਉਹੀ ਇੱਧਰ ਮੋੜਤਾ। ਹਾਂ, ਵਾਪਸ ਕਰ ਦਿੱਤਾ। ਇਹ ਰਹਿੰਦੇ ਤੁਸੀਂ ਗੁਲਬਰਗ ਕਾ ਟੀਕੇ ਪੰਬੀਰੀ ਵਾਲੇ ਲਵਾਏ ਜੀ? ਇਸ ਤਰ੍ਹਾਂ ਨਹੀਂ ਕਹੀਦਾ। ਅੱਛਾ ਠੀਕ। ਇਹ ਸੇਠ ਸਾਹਿਬ ਨੇ ਸਾਡੇ ਹਾਂਡੀ ਵਾਲੇ, ਇਹਨਾਂ ਨੇ ਮੁਜਰਾ ਦੇਖਣਾ। ਅੱਛਾ, ਤੇ ਮੈਂ ਸੁਣਿਆ ਤੁਸੀਂ ਹਰ ਗਾਣੇ ਤੇ ਡਾਂਸ ਕਰ ਲੈਂਦੇ ਹੋ, ਪੰਜਾਬੀ, ਉਰਦੂ, ਇੰਗਲਿਸ਼, ਪਸ਼ਤੋ, ਖਬਰਨਾਮੇ ਤੇ ਨੱਚ ਲੈਂਦੇ? ਨੱਚ ਫਿਰ ਮੌਸਮ 'ਚ ਦੋ ਸਟੈਪ ਅਸੀਂ ਵੀ ਦੇਖ ਲਈਏ। ਆਹ ਬੱਚੀ ਠੀਕ ਆ ਜਾਂ ਘਰੋਂ ਲਿਆਓਗੇ?